ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਖਾਸ ਤੌਰ ਤੇ ਆਪਣੀਆਂ ਭੈਣਾਂ ਬੀਬੀਆਂ ਦਾ ਜ਼ਿਆਦਾ ਵਧੀਆ ਵਾਲਾ ਸਵਾਗਤ ਕਰਦੇ ਹਾਂ, ਨਿੱਘਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਪ੍ਰਾਈਮ ਵੁਮਨ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ। ਮੈਂ ਹਾਂ ਕੁਸੁਮ ਤੇ ਮੇਰੇ ਨਾਲ ਨੇ ਹਰਮਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਹਰਮਨ ਜੀ। ਇਹ ਜਿਹੜਾ ਤੁਸੀਂ ਵਿਤਕਰਾ ਕਰ ਜਾਂਦੇ ਹੋ ਨਾ ਆਉਂਦੇ, ਇਹ ਮਾੜਾ ਹੈ ਵੈਸੇ, ਚੰਗਾ ਨਹੀਂ ਹੈਗਾ, ਕਿਉਂਕਿ ਸਾਡੇ ਲਈ ਸਾਰੇ ਦਰਸ਼ਕ ਇੱਕੋ ਜਿਹੇ ਨੇ। ਇਹ ਮੈਂ ਦੇਖ ਲਓ ਬੀਬੀਆਂ ਨੂੰ ਉਤਸ਼ਾਹਿਤ ਕਰ ਰਹੀ ਹਾਂ, ਕਿਉਂਕਿ ਜਿਹੜੇ ਸਾਡੀ ਵੀਡੀਓਜ਼ ਨੀਚੇ ਕਮੈਂਟ ਆਉਂਦੇ ਨੇ ਨਾ, ਉਹ ਜ਼ਿਆਦਾ ਮੇਲ ਆਡੀਅੰਸ ਦੇ ਆਉਂਦੇ ਨੇ। ਫੀਮੇਲ ਵੀ ਜ਼ਰਾ ਆਪਣੇ ਫੋਨਾਂ ਤੇ ਟਿਕਟੋਕ ਵਾਲਾ ਘੱਟ ਕਰਨ ਤੇ ਇੱਧਰ ਨੂੰ ਕਮੈਂਟ ਜ਼ਿਆਦਾ ਵਧਾਉਣ, ਤਾਂ ਅਸੀਂ ਵੀ, ਸਾਨੂੰ ਵੀ ਪਤਾ ਲੱਗੇ ਵੀ ਸਾਡੀ ਜਿਹੜੀ ਫੀਮੇਲ ਆਡੀਅੰਸ ਆ ਉਹ ਜ਼ਿਆਦਾ ਆ। ਜੀ ਵਾਕਈ। ਸੋ ਖੈਰ, ਜਿੰਨੇ ਵੀ ਤੁਹਾਡੀ ਜਿੰਨੀ ਵੀ ਪ੍ਰਤੀਕਿਰਿਆ ਸਾਡੇ ਤਾਈਂ ਪਹੁੰਚਦੀ ਆ, ਬੜਾ ਚੰਗਾ ਲੱਗਦਾ, ਤੁਹਾਡੇ ਵਿਚਾਰ ਪੜ੍ਹ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ, ਤੇ ਇਹਦੇ ਲਈ ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਤੇ ਫਿਲਹਾਲ ਦੇ ਲਈ ਅੱਜ ਦੇ ਪ੍ਰੋਗਰਾਮ ਦੀਆਂ ਜਿਹੜੀਆਂ ਰਸਮੀ ਤੌਰ ਤੇ ਗੱਲਾਂ ਬਾਤਾਂ ਉਹਨਾਂ ਨੂੰ ਅੱਗੇ ਵਧਾਉਂਦੇ ਹਾਂ। ਜੀ ਬਿਲਕੁਲ। ਪਹਿਲਾਂ ਮੈਨੂੰ ਦੱਸੋ ਵੀ ਅੱਜ ਮੈਂ ਕਿਹੋ ਜਿਹੀ ਲੱਗ ਰਹੀ ਹਾਂ? ਤੁਸੀਂ ਤਰੀਫ ਨਹੀਂ ਕੀਤੀ? ਨਹੀਂ, ਹਾਲੇ ਤਾਂ ਮੈਂ ਇੱਧਰ ਨੂੰ ਮੁੜੀ ਸੀ, ਤੁਸੀਂ ਪਹਿਲਾਂ ਹੀ ਟੋਕ ਦਿੱਤਾ ਮੈਨੂੰ। ਤੁਸੀਂ ਬਹੁਤ ਅੱਛੇ ਲੱਗ ਰਹੇ ਹੋ। ਤੇ ਅੱਜ ਫਿਰ ਇਤਿਹਾਸ ਦੇ ਵਿੱਚ ਕਿਹੜਾ ਖਾਸ ਦਿਨ ਮਨਾਉਣ ਲੱਗੇ ਹੋ? ਅੱਜ ਇਤਿਹਾਸ ਦੇ ਵਿੱਚ ਕੋਈ ਖਾਸ ਦਿਨ ਨਹੀਂ ਹੈਗਾ, ਪਰ ਇਤਿਹਾਸ ਦੇ ਵਿੱਚ, ਹੁਣ ਤੱਕ ਦੇ ਇਤਿਹਾਸ ਦੇ ਵਿੱਚ, ਹੁਣ ਤੱਕ ਜਿੰਨੀਆਂ ਘਰੇਲੂ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਸੀਗੀਆਂ, ਉਹਨਾਂ ਦੀਆਂ ਖੋਜਾਂ ਕਿਵੇਂ ਹੋਈਆਂ, ਸਾਡਾ ਜਿਹੜੀ ਜ਼ਿੰਦਗੀ ਆ, ਸਾਡੀ ਜਿਹੜਾ ਜੀਵਨ ਆ, ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਸਾਨ ਕਿਵੇਂ ਬਣਿਆ, ਉਹਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜੀ ਜੀ, ਮੈਂ ਇਹ ਪੜ੍ਹ ਰਹੀ ਸੀਗੀ ਕਿ ਹੁਣ ਤੋਂ ਬਹੁਤ ਸਾਲ ਪਹਿਲਾਂ, ਘੱਟੋ ਘੱਟ ਨਹੀਂ ਤਾਂ 40-42 ਹਜ਼ਾਰ ਸਾਲ ਪਹਿਲਾਂ ਦੀ ਜੇ ਝਾਤ ਮਾਰੀਏ, ਜਦੋਂ ਜੰਗਲਾਂ ਦੇ ਵਿੱਚ ਲੋਕ ਰਹਿੰਦੇ ਸੀ, ਜਦੋਂ ਉਹ ਸੱਭਿਅਕ ਨਹੀਂ ਹੋਏ ਸੀਗੇ, ਤੇ ਉਹਨਾਂ ਨੂੰ ਸੱਭਿਅਕ ਬਣਾਉਣ ਦੇ ਵਿੱਚ, ਉਹਨਾਂ ਨੂੰ, ਉਹਨਾਂ ਦਾ ਜ਼ਿੰਦਗੀ ਜਿਹੜੀ ਆ ਉਹ ਆਸਾਨ ਕਰਨ ਦੇ ਵਿੱਚ, ਜਿਹੜੇ ਉਹ ਕੰਮ ਕਰਦੇ ਸੀਗੇ ਉਹਨੂੰ ਆਸਾਨ ਕਰਨ ਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਓਕੇ। ਜੇ ਅਸੀਂ ਦੋ ਬਹੁਤ ਫੇਮਸ ਕਿਤਾਬਾਂ ਨੇ, ਜੇ ਅਸੀਂ ਉਹਨਾਂ ਦਾ ਹਵਾਲਾ ਲਈਏ, ਉਹ ਮੈਂ ਕਿਤਾਬਾਂ ਦੱਸ ਦਿੰਦੀ ਹਾਂ। ਉਹਨਾਂ ਵਿੱਚ ਵਟ ਹੈਪਨਡ ਇਨ ਹਿਸਟਰੀ ਔਰ ਦੂਸਰੀ ਕਿਤਾਬ ਹੈ ਓਰੀਐਂਟਲ ਹੈਰੀਟੇਜ। ਇਹ ਜੇ ਦੋ ਕਿਤਾਬਾਂ ਦਾ ਹਵਾਲਾ ਲਈਏ ਤਾਂ ਉਹਦੇ ਵਿੱਚ ਇਹ ਲਿਖਿਆ ਹੋਇਆ ਆ ਕਿ ਕਿਵੇਂ ਕਿਵੇਂ ਔਰਤਾਂ ਨੇ ਸਾਨੂੰ ਸੱਭਿਅਕ ਬਣਾਇਆ, ਜਾਣੀ ਕਿ ਆਪਣੇ ਪਰਿਵਾਰ ਤੋਂ ਲੈ ਕੇ, ਆਪਣੇ ਬੱਚਿਆਂ ਤੋਂ ਲੈ ਕੇ, ਆਪਣੀਆਂ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਜਿਹੜੀਆਂ ਜ਼ਰੂਰਤਾਂ ਸੀਗੀਆਂ ਉਹਨਾਂ ਨੂੰ ਸੱਭਿਅਕ ਤਰੀਕੇ ਨਾਲ ਕਿਵੇਂ ਸਿਸਟਮੈਟਿਕ ਤਰੀਕੇ ਨਾਲ ਬਿਠਾਇਆ। ਸੋ ਜੇ ਅਸੀਂ 42 ਹਜ਼ਾਰ ਸਾਲ ਪਹਿਲਾਂ ਦਾ ਇਤਿਹਾਸ ਵੇਖੀਏ, ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਜਿਹੜੀ, ਜਦੋਂ ਅੱਗ ਨਹੀਂ ਸੀ ਬਣੀ, ਹੈ ਨਾ, ਆਪਾਂ ਜਿਹੜੇ ਲੋਕ ਸੀਗੇ ਉਹ ਕੱਚਾ ਮਾਸ ਖਾ ਲੈਂਦੇ ਸੀਗੇ, ਸੋ ਅੱਗ ਬਣਾਉਣ ਤੋਂ ਲੈ ਕੇ ਕੰਪਿਊਟਰ ਦੇ ਯੁੱਗ ਤੱਕ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਆ। ਤੇ ਸਭ ਤੋਂ ਪਹਿਲਾਂ ਜਿਵੇਂ ਮੈਂ ਗੱਲ ਕੀਤੀ ਅੱਗ ਦੀ, ਤਾਂ ਜਿਹੜੀ ਅੱਗ ਜਦੋਂ ਬਣਾਈ ਗਈ ਸੀ, ਸਾਨੂੰ ਪਤਾ ਵੱਟੇ ਰਗੜ ਕੇ ਬਣਾਈ ਗਈ ਸੀਗੀ, ਤਾਂ ਉਹ ਜਿਹੜੀ ਖੋਜ ਆ ਉਹ ਵੀ ਔਰਤ ਨੇ ਹੀ ਕੀਤੀ ਸੀ, ਕਿਉਂਕਿ ਉਹਨੂੰ ਆਪਣੇ ਘਰ ਦੇ ਖਾਣਾ ਬਣਾਉਣ ਦੇ ਲਈ ਜ਼ਰੂਰਤ ਸੀਗੀ। ਉਹ ਕਹਿੰਦੇ ਨਾ ਵੀ ਲੋੜ ਕਾਢ ਦੀ ਮਾਂ ਆ, ਤੇ ਜਦੋਂ ਉਹਨਾਂ ਨੂੰ ਜ਼ਰੂਰਤਾਂ ਲੱਗੀਆਂ ਵੀ ਘਰ ਦੇ ਵਿੱਚ, ਇਹ ਵੀ ਹੋਣਾ ਚਾਹੀਦਾ ਅਸੀਂ ਇੱਦਾਂ ਮਾਸ ਜਿਹੜਾ ਪਕਾ ਕੇ ਖਾ ਸਕਦੇ ਹਾਂ, ਖਾਣਾ ਆਪਣੇ ਘਰ ਦੇ ਵਿੱਚ ਬਣਾਉਣ ਦੀ ਜਿਹੜੀ ਰਸਮ ਆ ਉਹ ਔਰਤਾਂ ਨੇ ਸ਼ੁਰੂ ਕੀਤੀ। ਇਹ ਜਿਹੜੀ ਖੋਜ ਦਾ ਜਿਹੜਾ ਸਾਰਾ ਜ਼ਿੰਮਾ ਆ, ਇਹ ਜਿਹੜਾ ਸਾਰਾ ਸਿਹਰਾ ਆ, ਉਹ ਔਰਤਾਂ ਦੇ ਸਿਰ ਤੇ ਬੰਨਿਆ ਗਿਆ ਕਿ ਹਾਂ ਅੱਗ ਤੋਂ ਸੁਰੱਖਿਆ ਦੀ ਖੋਜ ਵੀ ਔਰਤਾਂ ਨੇ ਕੀਤੀ ਕਿ ਆਪਣੇ ਬੱਚਿਆਂ ਨੂੰ ਅੱਗ ਤੋਂ ਬਚਾ ਕੇ ਵੀ ਰੱਖਣਾ, ਉਹਨਾਂ ਨੂੰ ਸਿਖਾਇਆ ਵੀ ਤੁਸੀਂ ਉਧਰਲੇ ਪਾਸੇ ਨਹੀਂ ਜਾਣਾ ਜਿੱਥੇ ਮੈਂ ਖਾਣਾ ਬਣਾ ਰਹੀ ਹਾਂ, ਤੇ ਉਹ ਵੱਟੇ ਰਗੜਨ ਵਾਲੀ ਜਿਹੜੀ ਪ੍ਰਕਿਰਿਆ ਹੈ ਉਹ ਔਰਤ ਨੇ ਹੀ ਕੀਤੀ ਸੀਗੀ। ਜੀ, ਫਿਰ ਅਸੀਂ ਗੱਲ ਕਰੀਏ 20 ਹਜ਼ਾਰ ਸਾਲ ਪਹਿਲਾਂ ਦੀ, ਜਦੋਂ ਔਰਤਾਂ ਨੂੰ ਲੱਗਿਆ ਵੀ ਹੁਣ ਅਸੀਂ ਖਾਣਾ ਬਣਾਉਣ, ਅੱਗ ਦੀ ਖੋਜ ਤਾਂ ਹੋ ਗਈ ਪਰ ਅਸੀਂ ਖਾਣਾ ਬਣਾਉਣਾ ਆ ਤੇ ਅਸੀਂ ਕਿਵੇਂ ਬਣਾਈਏ, ਫਿਰ ਕਿਉਂਕਿ ਮਰਦ ਲੋਕ ਜਿਹੜੇ ਸੀਗੇ ਉਹ ਸ਼ਿਕਾਰ ਕਰਨ ਚਲੇ ਜਾਂਦੇ ਸੀਗੇ, ਤੇ ਜਿਹੜੀਆਂ ਔਰਤਾਂ ਸੀਗੀਆਂ ਉਹ ਘਰੇ ਰਹਿੰਦੀਆਂ ਸੀਗੀਆਂ, ਉਹਨਾਂ ਦੇ ਬੱਚੇ ਜਿਹੜੇ ਉਹ ਵੀ ਘਰ ਦੇ ਵਿੱਚ ਰਹਿੰਦੇ ਸੀਗੇ, ਤਾਂ ਕਹਿੰਦੇ ਵੀ ਇੱਕ ਵਾਰ ਐਂ ਹੋਇਆ ਵੀ ਜਿਹੜੀ ਕੋਈ ਬੱਚੀ ਸੀਗੀ ਉਹ ਖੇਡ ਰਹੀ ਸੀਗੀ ਮਿੱਟੀ ਦੇ ਨਾਲ, ਤੇ ਉਹ ਮਿੱਟੀ ਦੀ ਕੋਈ ਆਕ੍ਰਿਤੀ ਬਣਾ ਰਹੀ ਸੀਗੀ, ਉਹਨੇ ਕੋਈ ਗੁੱਡੀ ਪਟੋਲਾ ਆਪਦਾ ਬਣਾਇਆ ਹੋਊਗਾ, ਜੋ ਵੀ ਬਣਾਇਆ ਹੋਊਗਾ, ਉਹ ਜਦੋਂ ਕਿਤੇ ਅੱਗ ਦੇ ਵਿੱਚ ਡਿੱਗ ਗਿਆ ਤਾਂ ਉਹਨਾਂ ਨੇ ਵੇਖਿਆ ਵੀ ਉਹ ਪੱਕਣ ਲੱਗ ਪਿਆ।
ਅੱਛਾ ਉਹ ਜਿਹੜੀ ਅਕਿਰਤੀ ਮੈਂ ਬਣਾਈ ਆ ਉਹਨੂੰ ਇੱਕ ਰੂਪ ਆਉਣ ਲੱਗ ਪਿਆ, ਉਹ ਸਖਤ ਹੋਣਾ ਸ਼ੁਰੂ ਹੋ ਗਿਆ। ਫਿਰ ਉੱਥੋਂ ਔਰਤਾਂ ਨੇ ਕਾਰਡ ਕੱਢੀ ਵੇ ਸੀ, ਕਿਉਂ ਨਾ ਜੋ ਆਪਣੇ ਖਾਣਾ ਬਣਾਉਣ ਦੇ ਲਈ ਭਾਂਡੇ ਆ ਉਹਨਾਂ ਦੀਆਂ ਅਕਿਰਤੀਆਂ ਬਣਾ ਕੇ ਉਹਨਾਂ ਨੂੰ ਇਸ ਅੱਗ ਦੇ ਵਿੱਚ ਪਕਾ ਲਈਏ ਤਾਂ ਜਿਹੜੇ ਭਾਂਡੇ ਸਾਡੇ ਕੋਲ ਆ ਜਾਣਗੇ। ਸੋ ਜਿਹੜੀ ਮਿੱਟੀ ਦੇ ਬਰਤਨ ਬਣਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਵੀ ਇੱਕ ਔਰਤ ਨੇ ਹੀ ਖੋਜ ਕੀਤੀ, ਉੱਥੋਂ ਅੱਗੇ ਤੁਰ ਪਈ। ਫਿਰ ਜੇ ਅਸੀਂ ਥੋੜ੍ਹੇ ਜਿਹਾ ਅੱਗੇ ਵਧੀਏ ਤਾਂ 6000 ਸਾਲ ਪਹਿਲਾਂ ਜਦੋਂ ਕੋਈ ਧਾਤ ਨਹੀਂ ਸੀ ਹੁੰਦੀ ਤਾਂ ਸਭ ਤੋਂ ਪਹਿਲਾਂ ਧਾਤਾਂ ਦੀ ਖੋਜ ਵੀ ਔਰਤਾਂ ਨੇ ਹੀ ਕੀਤੀ, ਕਿਉਂਕਿ ਉਹ ਜਦੋਂ ਆਪਣੇ ਰੋਟੀ ਬਣਾਉਣ ਦੇ ਲਈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਅਸੀਂ ਬਾਲਣ ਵਗੈਰਾ ਇਕੱਠਾ ਕਰ ਲਈਏ, ਲੱਕੜੀ ਜਿਹਦੇ ਵਿੱਚ ਜਲ ਜਾਂਦੀ ਆ ਉਹ ਲਾ ਲਈਏ, ਜਦੋਂ ਉਹ ਬਾਲਣ ਇਕੱਠਾ ਕਰਨ ਗਈਆਂ ਤਾਂ ਕੁਝ ਉਹ ਜਦੋਂ ਪੱਟਦੀਆਂ ਸੀਗੀਆਂ ਕਿਤੋਂ ਵੱਢਦੀਆਂ ਸੀਗੀਆਂ ਹਨਾ, ਤੇ ਉਹ ਕੀ ਹੋਇਆ ਵੀ ਉਹਨਾਂ ਦੇ ਬਾਲਣ ਦੇ ਵਿੱਚ ਕੋਈ ਧਾਤ ਆ ਗਈ, ਤੇ ਉਹ ਜਦੋਂ ਜਿਵੇਂ ਉਹਨੂੰ ਲੱਗਿਆ ਵੀ ਉਹਨਾਂ ਨੂੰ ਲੱਗਿਆ ਵੀ ਮਿੱਟੀ ਹੀ ਆ ਨਾ ਅਸੀਂ, ਉਹ ਜਦੋਂ ਬਰਤਨ ਬਣਾਉਣ ਲੱਗੀਆਂ ਤਾਂ ਉਹ ਮਿੱਟੀ ਦੇ ਨਹੀਂ ਬਣੇ ਸਗੋਂ ਉਹ ਪਿਘਲ ਗਏ, ਖਣਿਜ ਜਿਹੜੇ ਉਹ ਪਿਘਲ ਗਏ। ਉੱਥੋਂ ਹੀ ਫਿਰ ਅੱਗੇ ਖੋਜ ਹੋਈ ਕਿ ਕਾਂਸਾ ਬਣਿਆ, ਤਾਂਬਾ ਬਣਿਆ, ਲੋਹਾ ਬਣਿਆ, ਫਿਰ ਉੱਥੋਂ ਇਹ ਜਿਹੜੀ ਧਾਤਾਂ ਦੀ ਖੋਜ ਵੀ ਆ ਇਹ ਵੀ ਔਰਤਾਂ ਦੀ ਹੀ ਇੱਕ ਜ਼ਰੂਰਤ ਤੋਂ ਬਣ ਗਈ। ਮਤਲਬ ਹੌਲੀ ਹੌਲੀ ਕਿਵੇਂ ਜਿਹੜੀ ਹੁਣ, ਕਿਉਂਕਿ ਘਰ ਦੇ ਵਿੱਚ ਜੇ ਕੋਈ ਲੋੜ ਆ ਤਾਂ ਔਰਤ ਨੇ ਕੁਛ ਨਾ ਕੁਛ ਤਾਂ ਕਰਨਾ ਹੀ ਆ ਹਨਾ, ਸੋ ਉਹਨਾਂ ਜ਼ਰੂਰਤਾਂ ਤੋਂ ਹੀ ਇਹ ਕਾਢਣਾ ਜਿਹੜੀਆਂ ਉਹ ਨਿਕਲਣ ਲੱਗੀਆਂ। ਜੇ ਉੱਥੋਂ ਫਿਰ ਅੱਗੇ ਵੱਧ, ਮੈਨੂੰ ਵੈਸੇ ਨਾ ਇਹ ਪੜ੍ਹ ਕੇ ਬੜਾ ਅੱਛਾ ਲੱਗ ਰਿਹਾ ਸੀਗਾ, ਬੜੀ ਇੱਕ ਤਾਂ ਇੰਟਰਸਟ ਵੀ ਪੈਦਾ ਹੋ ਰਿਹਾ ਸੀ, ਇੱਕ ਗਿਆਨ 'ਚ ਵੀ ਵਾਧਾ ਹੋ ਰਿਹਾ ਸੀ ਵੀ ਕਿਵੇਂ ਕਿਵੇਂ ਚੀਜ਼ਾਂ ਬਣੀਆਂ ਜਿਹੜੀਆਂ ਅਸੀਂ ਅੱਜ ਯੂਜ਼ ਕਰਦੇ ਹਾਂ, ਅੱਜ ਵਰਤਦੇ ਹਾਂ, ਉਹਨਾਂ ਦਾ ਇਤਿਹਾਸ ਕੀ ਹੈ ਸਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਹਨਾ। ਸੋ ਜੇ 14000 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਆਪਣੇ ਬੱਚਿਆਂ ਦੇ ਨਾਲ ਨਾਲ, ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਲੋਕ ਜਿਹੜੇ ਆ ਉਹ ਕਿਤੇ ਵੀ ਰਹਿ ਲੈਣਾ, ਖੁੱਲ੍ਹੇ ਦੇ ਵਿੱਚ ਸੌ ਜਾਣਾ, ਕੋਈ ਘਰ ਬਣਾਉਣ ਦਾ ਆਦਿਵਾਸੀ ਜਿਹੜੇ ਲੋਕ ਸੀਗੇ ਉਹਨਾਂ ਨੂੰ ਕੋਈ ਹੁੰਦਾ ਨਹੀਂ ਸੀਗਾ ਵੀ ਘਰ ਬਣਾ ਲਈਏ ਹਨਾ, ਭਟਕਦੇ ਫਿਰਨਾ, ਜਿੱਥੇ ਕੋਈ ਪਸ਼ੂ ਲੱਭਣਾ ਉਹਦਾ ਸ਼ਿਕਾਰ ਕਰ ਲੈਣਾ, ਉਹਨੂੰ ਖਾ ਲੈਣਾ, ਕੱਚਾ ਮਾਸ ਹੀ ਖਾ ਲੈਣਾ। ਪਰ ਹੌਲੀ ਹੌਲੀ ਔਰਤਾਂ ਨੇ ਕੀ ਕੀਤਾ ਵੀ ਆਪਣੇ ਬੱਚਿਆਂ ਦੇ ਨਾਲ ਨਾਲ ਕੁਝ ਪਸ਼ੂ ਵੀ ਪਾਲਣੇ ਸ਼ੁਰੂ ਕਰ ਲਏ, ਕੁਝ ਕੁੱਤੇ ਪਾਲਣੇ ਸ਼ੁਰੂ ਕਰ ਲਏ, ਗਾਵਾਂ ਮੱਝਾਂ ਪਾਲਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦਾ ਸ਼ਿਕਾਰ ਕਰਨਾ ਫਿਰ ਥੋੜ੍ਹਾ ਘੱਟ ਹੋਣ ਲੱਗਾ ਕਿ ਉਹਨਾਂ ਨੂੰ ਇਹ ਪਤਾ ਲੱਗਣ ਲੱਗਾ ਵੀ ਇਹ ਜਿਹੜੀਆਂ ਗਾਵਾਂ ਮੱਝਾਂ ਨੇ ਇਹਨਾਂ ਤੋਂ ਸਾਨੂੰ ਦੁੱਧ ਮਿਲਦਾ, ਅਸੀਂ ਜਿਹਨਾਂ ਨੂੰ ਚਾਹੁੰਦੇ ਹਾਂ ਤਾਂ ਦੁੱਧ ਮਿਲਦਾ, ਉਹ ਤੋਂ ਅੱਗੇ ਚੀਜ਼ਾਂ ਬਣਦੀਆਂ ਨੇ। ਸੋ ਜਿਹੜਾ ਪਸ਼ੂਆਂ ਦਾ ਸ਼ਿਕਾਰ ਆ ਫਿਰ ਪਸ਼ੂ ਪ੍ਰੇਮੀ ਹੋਣੇ ਸ਼ੁਰੂ ਹੋ ਗਏ ਉਹ, ਕਿ ਕੁੱਤੇ ਜਿਹੜੇ ਆ ਉਹ ਸਾਡੀ ਰੱਖਿਆ ਕਰਦੇ ਆ, ਜਿਹੜੇ ਖੂੰਖਾਰ ਜਿਹੜੇ ਜਾਨਵਰ ਉਹਨਾਂ ਤੋਂ ਰੱਖਿਆ ਕਰਦੇ ਆ, ਤੇ ਜਿਹੜੀਆਂ ਇਹ ਗਾਵਾਂ ਮੱਝਾਂ ਨੇ, ਭੇਡਾਂ ਨੇ, ਬੱਕਰੀਆਂ ਨੇ, ਇਹਨਾਂ ਤੋਂ ਸਾਨੂੰ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ, ਸਾਨੂੰ ਦੁੱਧ ਮਿਲਦਾ। ਸੋ ਇਹ ਲੋਕ ਫਿਰ ਭਟਕਣਾ ਵੀ ਬੰਦ ਹੋ ਗਏ ਕਿ ਇੱਕ ਜਗ੍ਹਾ ਟਿਕ ਕੇ ਆਪਣਾ ਘਰ ਬਣਾ ਕੇ ਰਹਿਣਾ ਸ਼ੁਰੂ ਹੋ ਗਏ ਕਿ ਠੀਕ ਆ ਅਸੀਂ ਗਾਵਾਂ ਮੱਝਾਂ ਪਾਲ ਲਵਾਂਗੇ, ਇੱਥੋਂ ਅਸੀਂ ਆਪਣਾ ਖਾਣਾ ਬਣਾ ਲਵਾਂਗੇ, ਤੇ ਫਿਰ ਸਾਡਾ ਜਿਹੜਾ ਜੀਵਨ ਯਾਪਨ ਉਹ ਇੱਦਾਂ ਸ਼ੁਰੂ ਹੋ ਜਾਊਗਾ। ਤੇ ਜੇ ਮੈਂ 10000 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਉਦੋਂ, ਕਿਉਂਕਿ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਕੱਚਾ ਮਾਸ ਹੀ ਖਾ ਲੈਂਦੇ ਸੀ, ਫਿਰ ਪਕਾ ਕੇ ਮਾਸ ਖਾਣਾ ਸ਼ੁਰੂ ਹੋ ਗਿਆ, ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਹੋਰ ਚੀਜ਼ਾਂ ਵੀ ਹੁੰਦੀਆਂ ਨੇ ਖਾਣ ਵਾਲੀਆਂ ਨਾ, ਫਿਰ ਚਲੋ ਦੁੱਧ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਚੀਜ਼ਾਂ ਬਣਦੀਆਂ ਨੇ। ਫਿਰ ਜਦੋਂ ਫਸਲਾਂ ਦੀ ਗੱਲ ਹੋਣੀ ਸ਼ੁਰੂ ਹੋਈ ਵੀ ਹਾਂ ਅਸੀਂ ਰੋਟੀ ਵੀ ਖਾ ਸਕਦੇ ਹਾਂ, ਜੋ ਕੁਝ ਫਸਲਾਂ ਵੀ ਬੀਜ ਸਕਦੇ ਹਾਂ, ਤਾਂ ਸਭ ਤੋਂ ਪਹਿਲਾਂ ਔਰਤਾਂ ਨੇ ਹੀ ਕੁਝ ਜਿਹੜੇ ਬੀਜਾਂ ਤੋਂ, ਕੁਛ ਜਿਵੇਂ ਉਹ ਗਈਆਂ ਹੋਣਗੀਆਂ ਆਪਣਾ ਬਾਲਣ ਇਕੱਠਾ ਕਰਨ, ਤਾਂ ਕੁਛ ਬੀਜਾਂ ਤੋਂ ਉਹਨਾਂ ਨੇ ਅੰਕੁਰ ਹੁੰਦਾ, ਫੁੱਟਦਾ ਜਿਹੜਾ ਬੀਜ ਹੈ ਉਹ ਦੇਖ ਲਿਆ ਕਿ ਇੱਥੋਂ ਚੀਜ਼ ਜਿਹੜੇ ਪੌਦਾ ਹੈ ਜਾਂ ਕੁਛ ਖਾਣ ਵਾਲੀ ਚੀਜ਼ ਹੈ ਉੱਗਦੀ ਹੈ। ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਕੁਛ ਬੀਜ ਹੁੰਦੇ ਨੇ, ਉਹਨਾਂ ਨੂੰ ਜੇ ਅਸੀਂ ਧਰਤੀ ਦੇ ਵਿੱਚ ਦੱਬਦੇ ਹਾਂ ਤਾਂ ਫਿਰ ਉਹ ਕੁਛ ਉਹਦੀ ਫਸਲ ਨਿਕਲ ਆਉਂਦੀ ਹੈ, ਕੁਛ ਬਣਦਾ। ਹਾਂ, ਸੋ ਇਹ ਜਿਹੜੀ ਖੇਤੀ ਦੀ ਸਮਝ ਆ ਇਹ ਵੀ ਸਭ ਤੋਂ ਪਹਿਲਾਂ ਔਰਤਾਂ ਨੂੰ ਹੀ ਆਈ, ਤੇ ਇਸੇ ਯੋਗਦਾਨ ਕਰਕੇ ਸਭ ਤੋਂ ਪਹਿਲਾਂ ਜਨਨੀ ਦੇ ਤੌਰ ਤੇ ਉਹਨਾਂ ਨੂੰ ਦੇਵੀ ਦੇ ਤੌਰ ਤੇ ਪੂਜਿਆ ਜਾਣਾ ਜਿਹੜਾ ਸ਼ੁਰੂ ਹੋ ਗਿਆ, ਪੂਜਣ ਦੀ ਪ੍ਰਥਾ ਸ਼ੁਰੂ ਹੋ ਗਈ, ਕਿਉਂਕਿ ਇਸ ਤੋਂ ਪਹਿਲਾਂ ਲੋਕ ਸੂਰਜ ਨੂੰ ਪੂਜਦੇ ਸੀ, ਚੰਦਰਮਾ ਨੂੰ ਪੂਜਦੇ ਸੀ, ਸਮੁੰਦਰ ਨੂੰ ਪੂਜਦੇ ਸੀ, ਹਨਾ, ਜਾਂ ਪੰਜ ਤੱਤ ਜਿਹੜੇ ਨੇ ਉਹਨਾਂ ਨੂੰ ਪੂਜਦੇ ਸੀ। ਫਿਰ ਇਹ ਜਦੋਂ ਯੋਗਦਾਨ ਪਿਆ ਖੇਤੀ ਦੀ ਜਦੋਂ ਸਮਝ ਆਉਣੀ ਸ਼ੁਰੂ ਹੋਈ, ਫਿਰ ਇਹਨੂੰ ਦੇਵੀ ਦੇ ਰੂਪ ਵਿੱਚ ਔਰਤਾਂ ਦੀ ਪੂਜਾ ਵੀ ਜਿਹੜੀ ਉਹ ਸ਼ੁਰੂ ਹੋ ਗਈ ਕਿ ਸਾਨੂੰ ਇਹ ਯੋਗਦਾਨ ਮਿਲਿਆ। ਉਸ ਤੋਂ ਬਾਅਦ ਜੇ ਆਧੁਨਿਕ ਯੁੱਗ ਦੀ ਹੁਣ ਦੀ ਗੱਲ ਕਰੀਏ ਤਾਂ ਕੋਈ
100 ਸਾਲ ਪਹਿਲਾਂ ਦੀ ਜੇ ਗੱਲ ਕਰੀਏ ਤਾਂ ਆਧੁਨਿਕ ਯੁੱਗ ਦੇ ਵਿੱਚ ਵੀ ਜਿੰਨੀਆਂ ਕੰਪਿਊਟਰ ਨੂੰ ਲੈ ਕੇ ਜਿੰਨੀਆਂ ਪ੍ਰਣਾਲੀਆਂ ਨੇ ਉਹ ਵੀ ਔਰਤਾਂ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਉਹਦੇ ਵਿੱਚ। ਔਰ ਇਹ ਵੀ ਇਸ ਇਹਨਾਂ ਕਿਤਾਬਾਂ ਦੇ ਵਿੱਚ ਲਿਖਿਆ ਗਿਆ ਆ ਕਿ ਇੰਜੈਕਸ਼ਨ ਦੀ ਖੋਜ, ਆਈਸਕ੍ਰੀਮ ਮੇਕਰ ਹੈ, ਫਰਿੱਜ ਹੈ, ਕਾਰ ਹੀਟਰ ਹੈ, ਬੁਲੇਟ ਪਰੂਫ ਜੈਕਟ ਹੈ, ਵਿੰਡਸ਼ੀਲਡ ਵਾਈਪਰ ਨੇ, ਇਹੋ ਜਿਹੀਆਂ ਕੁਝ ਜਿਹੜੀਆਂ ਇਨੋਵੇਸ਼ਨਸ ਨੇ, ਜਿਹੜੀਆਂ ਖੋਜਾਂ ਨੇ ਉਹ ਵੀ ਔਰਤਾਂ ਨੇ ਹੀ ਕੀਤੀਆਂ। ਸੋ ਅੱਗ ਤੋਂ ਲੈ ਕੇ ਕੰਪਿਊਟਰ ਦੇ ਯੁੱਗ ਤੱਕ ਔਰਤਾਂ ਦਾ ਜੋ ਯੋਗਦਾਨ ਆ ਉਹ ਸਾਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਵੀ ਕੀ ਹੈਗਾ, ਪਰ ਇਹ ਆਰਟੀਕਲ ਪੜ੍ਹ ਕੇ ਮੈਨੂੰ ਬਹੁਤ ਖੁਸ਼ੀ ਹੋਈ ਔਰ ਔਰਤ ਹੋਣ 'ਤੇ ਫਿਰ ਤੋਂ ਮਾਣ ਮਹਿਸੂਸ ਹੋਇਆ ਕਿ ਸਾਡਾ ਯੋਗਦਾਨ ਸਾਡੇ ਇਤਿਹਾਸ ਦੇ ਵਿੱਚ ਕਿੰਨਾ ਜੀ। ਔਰ ਦੇਖੋ ਗੱਲ ਇਹ ਹੈ ਵੀ ਇਹ ਇਤਿਹਾਸ ਦੀ ਜਾਣਕਾਰੀ ਤਾਂ ਜ਼ਰੂਰ ਹਰੇਕ ਨੂੰ ਹੋਣੀ ਚਾਹੀਦੀ ਹੈ, ਪਰ ਉਹਦੇ ਨਾਲ ਨਾਲ ਮੈਨੂੰ ਇਹ ਲੱਗਦਾ ਕਿ ਔਰਤ ਦੀ ਵੈਸੇ ਵੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਆਪਾਂ ਜੇ ਅੱਜ ਦੀ ਗੱਲ ਕਰ ਲਈਏ ਇਤਿਹਾਸ ਨੂੰ ਛੱਡ ਕੇ ਵੀ ਤਾਂ ਜੋ ਅੱਜ ਦੇ ਸਮੇਂ ਦੇ ਵਿੱਚ ਔਰਤਾਂ ਕਰ ਰਹੀਆਂ ਨੇ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈਗਾ, ਉਹ ਸ਼ਰੇਆਮ ਸਾਰਿਆਂ ਦੇ ਸਾਹਮਣੇ ਨਤੀਜੇ ਜਿਹੜੇ ਆਉਂਦੇ ਪਏ ਨੇ। ਕਦੇ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਕਹਿ ਦਿੰਦੀਆਂ ਨੇ ਵੀ ਦਿਮਾਗੀ ਤੌਰ ਦੇ ਉੱਪਰ ਜੇ ਵੇਖਿਆ ਜਾਏ ਤਾਂ ਔਰਤਾਂ ਮੋਢੀ ਨੇ, ਕਦੀ ਉਹ ਕਹਿ ਦਿੰਦੀਆਂ ਨੇ ਵੀ ਜੇਕਰ ਤੁਸੀਂ ਵਧੀਆ ਫਾਈਨੈਂਸ਼ੀਅਲ ਫੈਸਲੇ ਲੈਣੇ ਨੇ, ਜੇਕਰ ਤੁਸੀਂ ਵਿੱਤੀ ਫੈਸਲੇ ਵਧੀਆ ਲੈਣੇ ਨੇ ਤਾਂ ਉਹਦੇ 'ਚ ਔਰਤਾਂ ਦੀ ਭਾਗੀਦਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਛੀ ਤਰ੍ਹਾਂ ਕਰਦੀਆਂ ਨੇ ਜੀ। ਉਸ ਤੋਂ ਇਲਾਵਾ ਔਰਤਾਂ ਜਿਹੜੀਆਂ ਨੇ ਉਹ ਇੱਕ ਸਮੇਂ ਦੇ ਉੱਪਰ ਮਲਟੀ ਟਾਸਕਿੰਗ ਮਲਟੀ ਵਰਕਿੰਗ ਕਰ ਸਕਦੀਆਂ ਨੇ, ਹਨਾ, ਮਤਲਬ ਇੱਕ ਸਮੇਂ ਤੇ ਬਹੁਤ ਸਾਰੇ ਕੰਮ ਕਰ ਸਕਦੀਆਂ ਨੇ, ਕਿਉਂਕਿ ਸ਼ੁਰੂ ਤੋਂ ਵਿਚਾਰੀਆਂ ਹੁੰਦੀਆਂ ਹੀ ਇਸ ਤਰੀਕੇ ਦੀ। ਹਰ ਘਰ ਦੀ ਕਹਾਣੀ ਆ ਨਾ ਵੀ ਬੰਦੇ ਕਹਿੰਦੇ ਨੇ ਵੀ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ ਤੇ ਇਹ ਪਤਾ ਨਹੀਂ ਘਰੇ ਵਿਹਲੀਆਂ ਬੈਠੀਆਂ ਰਹਿੰਦੀਆਂ ਵੀ ਅਸੀਂ ਕੰਮ ਕਰਕੇ ਆਏ ਹਾਂ। ਮੈਂ ਆਪਣੇ ਟੌਰ ਹੁੰਦੀ ਆ ਹਨਾ, ਮੈਂ ਆਪਣੇ ਪਾਪਾ ਨੂੰ ਵੀ ਇਹ ਗੱਲ ਬਹੁਤ ਵਾਰੀ ਸਮਝਾਉਂਦੀ ਹੁੰਦੀ ਹਾਂ ਵੀ ਜੇ ਅਸੀਂ ਮੈਂ ਕੰਮ ਤੇ ਜਾ ਰਹੀ ਹਾਂ, ਮੈਂ ਕਮਾ ਕੇ ਘਰ ਲਿਆ ਰਹੀ ਹਾਂ ਜਾਂ ਤੁਸੀਂ ਕੰਮ ਤੇ ਜਾ ਰਹੇ ਹੋ ਤੇ ਘਰ ਸਾਨੂੰ ਵਿਵਸਥਿਤ ਤਰੀਕੇ ਨਾਲ ਮਿਲਦਾ ਤਾਂ ਉਹ ਮਾਂ ਕਰਕੇ ਮਿਲਦਾ, ਉਹ ਤੁਹਾਡੀ ਪਤਨੀ ਕਰਕੇ ਮਿਲਦਾ, ਤੇ ਅਸੀਂ ਸਾਨੂੰ ਜੇ ਘਰ ਵੀ ਸੰਭਾਲਣਾ ਪਵੇ ਤਾਂ ਅਸੀਂ ਆਪਣਾ ਕੰਮ ਨਹੀਂ ਚੰਗੀ ਤਰ੍ਹਾਂ ਸੰਭਾਲ ਸਕਦੇ। ਸੋ ਔਰਤ ਦੀ ਇਸ ਪੱਖੋਂ ਕਦਰ ਹੋਣੀ ਚਾਹੀਦੀ। ਹਾਂ, ਮੈਂ ਕਿਤੇ ਕੋਟ ਪੜ੍ਹ ਰਹੀ ਸੀ ਕੱਲ, ਉਹ ਕੋਟ ਮੈਨੂੰ ਬੜਾ ਵਧੀਆ ਲੱਗਿਆ, ਕਹਿੰਦੇ ਕਿ ਸਾਰੀਆਂ ਔਰਤਾਂ ਜਿਹੜੀਆਂ ਨੇ ਉਹ ਵਰਕਿੰਗ ਹੁੰਦੀਆਂ ਨੇ, ਸਾਰੀਆਂ ਔਰਤਾਂ ਜਿਹੜੀਆਂ ਉਹ ਕੰਮ ਕਾਜੀ ਹੁੰਦੀਆਂ ਨੇ, ਬਸ ਫਰਕ ਸਿਰਫ ਇੰਨਾ ਕਿ ਕੁਛ ਨੂੰ ਸੈਲਰੀ ਮਿਲਦੀ ਹੈ। ਹਾਂ, ਸਾਨੂੰ ਘਰ ਦੇ ਕੰਮਾਂ ਦੀ ਸੈਲਰੀ ਨਹੀਂ ਮਿਲਦੀ ਨਾ। ਆਪਾਂ ਵੀ ਇੱਕ ਦਿਨ ਪ੍ਰੋਗਰਾਮ ਕੀਤਾ ਸੀ ਵੀ ਜੇ ਸੈਲਰੀ ਲੈਣੀ ਸ਼ੁਰੂ ਕਰ ਦਈਏ ਅਸੀਂ, ਪਰ ਚਲੋ ਗੱਲ ਇਹ ਹੈ ਵੀ ਹਮੇਸ਼ਾ ਆਪਣਾ ਕੰਮ ਤਨਦੇਹੀ ਦੇ ਨਾਲ ਜ਼ਰੂਰ ਨਿਭਾਉਣਾ ਚਾਹੀਦਾ, ਪਰ ਹਾਂ ਅੱਜ ਸਮਾਂ ਉਹ ਸਮਾਂ ਹੈ ਜਦੋਂ ਡਟ ਕੇ ਖੜਨਾ ਵੀ ਚਾਹੀਦਾ, ਅੜਨਾ ਵੀ ਚਾਹੀਦਾ, ਆਪਣੇ ਹੱਕ ਮੰਗਣੇ ਵੀ ਚਾਹੀਦੇ ਨੇ ਤੇ ਆਪਣੇ ਫਰਜ਼ ਵੀ ਜ਼ਰੂਰ ਪਤਾ ਹੋਣੇ ਚਾਹੀਦੇ। ਬਾਕੀ ਪ੍ਰਾਈਮ ਵੂਮੈਨ ਦੇ ਵਿੱਚ ਇਸੇ ਤਰ੍ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਪਰ ਵੇਲਾ ਵਕਫੇ ਦਾ ਹੋ ਗਿਆ, ਛੋਟਾ ਜਿਹਾ ਵਕਫਾ ਲੈਂਦੇ ਹਾਂ ਤੇ ਉਸ ਤੋਂ ਬਾਅਦ ਦੁਬਾਰਾ ਮਿਲਦੇ ਹਾਂ। ਪ੍ਰਾਈਮ ਏਸ਼ੀਆ ਟੀਵੀ ਦੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਵੂਮੈਨ ਦੇ ਵਿੱਚ, ਤੇ ਹੁਣ ਗੱਲਾਂ ਬਾਤਾਂ ਨੂੰ ਆਪਾਂ ਅੱਗੇ ਤੋਰਦੇ ਹਾਂ ਤੇ ਕੁਸਮ ਜੀ, ਹੁਣ ਮੈਂ ਥੋੜ੍ਹਾ ਤੁਹਾਡਾ ਵਿਗਿਆਨ ਚੈੱਕ ਕਰਨਾ ਚਾਹੁੰਦੀ ਹਾਂ। ਅੱਛਾ ਜੀ, ਵਿਗਿਆਨ ਦੇ ਬਾਰੇ 'ਚ ਤੁਹਾਨੂੰ ਕਿੰਨਾ ਕੁ ਪਤਾ ਹੈ, ਮੈਨੂੰ ਦੱਸੋ ਵੀ ਤੁਹਾਨੂੰ ਬੋਨ ਮੈਰੋ ਪਤਾ ਕੀ ਹੁੰਦਾ? ਬੋਨ ਮੈਰੋ ਕੈਂਸਰ ਤਾਂ ਸੁਣਿਆ ਜੀ, ਤੇ ਪਰ ਐਡੀ ਪੂਰੀ ਜਾਣਕਾਰੀ ਨਹੀਂ ਹੈ। ਬੋਨ ਮੈਰੋ ਇੱਕ ਐਸਾ ਸ਼ਬਦ ਹੈ ਜਿਹੜਾ ਅੱਜ ਕੱਲ੍ਹ ਫਿਲਮਾਂ ਦੇ ਵਿੱਚ, ਅੱਜ ਕੱਲ੍ਹ ਵਿਗਿਆਪਨਾਂ ਦੇ ਵਿੱਚ, ਅੱਜ ਕੱਲ੍ਹ ਤੁਸੀਂ ਸੀਰੀਅਲ ਜਿਹੜੇ ਆ ਲੜੀਵਾਰ ਵੇਖਦੇ ਹੋ ਉਹਨਾਂ ਦੇ ਵਿੱਚ ਆਮ ਤੌਰ 'ਤੇ ਸ਼ਬਦ ਕਿਤੇ ਨਾ ਕਿਤੇ ਕੰਨਾਂ ਦੇ ਵਿੱਚ ਪੈ ਜਾਂਦਾ, ਹੈ ਨਾ। ਤੁਸੀਂ ਬਿਲਕੁਲ ਸਹੀ ਕਿਹਾ, ਬੋਨ ਮੈਰੋ ਕੈਂਸਰ ਜ਼ਰੂਰ ਹੁੰਦਾ ਪਰ ਇੱਕ ਬਿਮਾਰੀ ਦਾ ਨਾਮ ਹੈ, ਪਰ ਬੋਨ ਮੈਰੋ ਦੀ ਜੇਕਰ ਮੈਂ ਗੱਲ ਕਰਾਂ ਤਾਂ ਬੋਨ ਮੈਰੋ ਸਾਡੀਆਂ ਹੱਡੀਆਂ ਦੇ ਵਿੱਚ, ਇਨਸਾਨਾਂ ਦੇ ਤੇ ਜਾਨਵਰਾਂ ਦੀ ਹੱਡੀਆਂ ਦੇ ਵਿੱਚ ਇੱਕ ਸਪੰਜ ਦੇ ਵਰਗਾ, ਅੱਛਾ ਕਹਿ ਲਓ ਵੀ ਇੱਕ ਸੌਫਟ ਜਿਹਾ, ਮੈਨੂੰ ਲੱਗਿਆ ਸੀ ਬੈਕ ਬੋਨ ਨਾਲ ਜੁੜੀ ਹੋਈ ਹੈ ਕੋਈ ਚੀਜ਼। ਨਹੀਂ, ਇਹ ਜਿਹੜੀਆਂ ਸਾਡੀਆਂ ਹੱਡੀਆਂ ਨੇ ਨਾ, ਸਾਡੀਆਂ ਕੁਛ ਹੱਡੀਆਂ ਦੇ ਵਿੱਚ ਇਹ ਬੋਨ ਮੈਰੋ ਹੁੰਦਾ, ਤੇ ਇਹ ਜਿਹੜਾ ਬੋਨ ਮੈਰੋ ਹੈ ਇੱਕ ਸੌਫਟ ਜਿਹਾ ਸਪੰਜ ਵਰਗਾ ਸਬਸਟਾਂਸ ਹੁੰਦਾ ਹੈ ਜਿਹੜਾ ਕਿ ਸਾਡੀ ਬੋਡੀ ਦੇ ਵਿੱਚ ਜਿਹੜੇ ਕਹਿ ਲਓ ਵਾਈਟ ਬਲੱਡ ਸੈਲਸ ਨੇ, ਰੈੱਡ ਬਲੱਡ ਸੈਲਸ ਨੇ ਤੇ ਪਲੇਟਲੈਟਸ ਨੇ, ਉਹਨਾਂ ਦੀ ਫਾਰਮੇਸ਼ਨ ਕਰਦਾ। ਓਕੇ,
ਔਰ ਇਹ ਜਿਹੜਾ ਬੋਨ ਮੈਰੋ ਹੈ ਜਾਨਵਰਾਂ ਦੇ ਵਿੱਚ ਵੀ ਹੁੰਦਾ ਹੈ ਤੇ ਇਨਸਾਨਾਂ ਦੇ ਵਿੱਚ ਵੀ ਹੁੰਦਾ ਹੈ ਔਰ ਇਹ ਕਹਿ ਲਓ ਵੀ ਸਾਡੇ ਲਈ ਆਪਾਂ ਜ਼ਰੂਰੀ ਤਾਂ ਕਹਿ ਸਕਦੇ ਕਿਉਂਕਿ ਸਾਡੇ ਖੂਨ ਦੇ ਨਾਲ ਜੁੜਿਆ ਹੋਇਆ ਇਹ ਕੰਮ ਹੈ। ਦੋ ਤਰ੍ਹਾਂ ਦਾ ਬੋਨ ਮੈਰੋ ਹੁੰਦਾ ਹੈ, ਇੱਕ ਜਿਹੜਾ ਉਹ ਰੈੱਡ ਬੋਨ ਮੈਰੋ ਹੁੰਦਾ ਹੈ ਤੇ ਇੱਕ ਯੈਲੋ ਬੋਨ ਮੈਰੋ ਹੁੰਦਾ ਹੈ। ਜਿਹੜਾ ਇੱਕ ਦੂਜੇ ਬੰਦੇ ਤੋਂ ਇੱਧਰ ਟ੍ਰਾਂਸਪਲਾਂਟ ਹੋ ਜਾਂਦਾ ਉਹ ਫਿਰ ਕੀ ਚੱਕਰ ਹੁੰਦਾ? ਉਹ ਬੋਨ ਮੈਰੋ ਹੀ ਟ੍ਰਾਂਸਪਲਾਂਟ ਹੁੰਦਾ ਨਹੀਂ, ਉਹ ਫਿਰ ਆਪਾਂ ਨੂੰ ਨਹੀਂ ਚਾਹੀਦਾ ਹੁੰਦਾ ਜੇ ਆਪਾਂ ਦੂਜੇ ਨੂੰ? ਨਹੀਂ, ਸਾਡੀਆਂ ਬਾਕੀ ਹੱਡੀਆਂ ਦੇ ਵਿੱਚ ਹੁੰਦਾ ਨਾ, ਕਿਸੇ ਇੱਕੋ ਹੱਡੀ 'ਚ ਨਹੀਂ ਹੁੰਦਾ। ਅੱਛਾ ਅੱਛਾ, ਸਾਡੀਆਂ ਕੁਝ ਹੱਡੀਆਂ ਦੇ ਵਿੱਚ ਹੁੰਦਾ। ਅੱਛਾ ਅੱਛਾ ਅੱਛਾ। ਔਰ ਜਿਹੜਾ ਇਹ ਬੋਨ ਮੈਰੋ ਦੋ ਤਰ੍ਹਾਂ ਦਾ ਹੁੰਦਾ, ਇੱਕ ਰੈੱਡ ਬੋਨ ਮੈਰੋ ਤੇ ਇੱਕ ਯੈਲੋ ਬੋਨ ਮੈਰੋ। ਜਿਹੜਾ ਯੈਲੋ ਬੋਨ ਮੈਰੋ ਹੈ ਉਹ ਕਈ ਵਾਰ ਜਿਹੜਾ ਕਹਿ ਲਓ ਫੈਟ ਹੈ ਜਿਹੜਾ ਹਨਾ ਉਹਦਾ ਬਣਿਆ ਹੋਇਆ ਹੁੰਦਾ ਇਹ। ਔਰ ਜਿਹੜਾ ਰੈੱਡ ਬੋਨ ਮੈਰੋ ਹੈ ਇਹ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹਦੇ 'ਚ ਬਹੁਤ ਸਾਰੇ ਜਿਹੜੇ ਛੋਟੀ ਛੋਟੀਆਂ ਕੋਸ਼ਿਕਾਵਾਂ ਹੁੰਦੀਆਂ ਨੇ ਖੂਨ ਦੀਆਂ ਹਨਾ, ਸੋ ਇਹ ਰੈੱਡ ਬਲੱਡ ਸੈੱਲ, ਵਾਈਟ ਬਲੱਡ ਸੈੱਲ ਤੇ ਪਲੇਟਲੈਟਸ ਜਿਹੜੇ ਨੇ ਉਹ ਬਣਾਉਣ ਦੇ ਵਿੱਚ ਸਹਾਈ ਹੁੰਦਾ। ਸੋ ਮੈਂ ਬੋਨ ਮੈਰੋ ਦੀ ਗੱਲ ਇਸ ਲਈ ਕੀਤੀ ਕਿਉਂਕਿ ਜਦੋਂ ਗੱਲ ਆਉਂਦੀ ਹੈ ਬੋਨ ਮੈਰੋ, ਜਦੋਂ ਕਈ ਵਾਰ ਕੁਝ ਇੱਕ ਬਿਮਾਰੀਆਂ ਇਹੋ ਜਿਹੀਆਂ ਲੱਗ ਜਾਂਦੀਆਂ ਨੇ ਇਨਸਾਨ ਨੂੰ, ਜਾਂ ਫਿਰ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਐਸੀ ਹੁੰਦੀ ਹੈ ਜਿਹਦੇ ਵਿੱਚ ਬੋਨ ਮੈਰੋ ਟ੍ਰਾਂਸਪਲਾਂਟ ਕਰਨ ਦੀ ਲੋੜ ਪੈਂਦੀ ਹੈ। ਪਰ ਬੋਨ ਮੈਰੋ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਅੰਧ ਵਿਸ਼ਵਾਸ, ਬਹੁਤ ਸਾਰੇ ਵਹਿਮ ਵੀ ਪਸਰੇ ਹੋਏ ਨੇ ਹਨਾ। ਮੈਂ ਵਹਿਮਾਂ ਵੱਲ ਬਾਅਦ 'ਚ ਜਾਊਂਗੀ, ਪਰ ਪਹਿਲਾਂ ਆਪਾਂ ਬੋਨ ਮੈਰੋ ਟ੍ਰਾਂਸਪਲਾਂਟੇਸ਼ਨ ਦੀ ਗੱਲ ਕਰ ਲਈਏ। ਅਸਲ ਦੇ ਵਿੱਚ ਇਸ ਖਬਰ ਨੂੰ ਸਾਂਝਾ ਕਰਨ ਦੇ ਪਿੱਛੇ ਜਿਹੜਾ ਮੇਰਾ ਮਕਸਦ ਹੈ ਉਹ ਇਹ ਹੈ ਕਿ ਇੱਕ 3 ਮੰਥਸ ਦਾ ਯਾਨੀ ਕਿ 3 ਮਹੀਨਿਆਂ ਦਾ ਬਿਮਾਰ ਬੱਚਾ, ਉਹਨੂੰ ਇੱਕ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਗਿਆ। ਅੱਛਾ, ਬੋਨ ਮੈਰੋ ਜਿਹੜਾ ਟ੍ਰਾਂਸਪਲਾਂਟ ਕੀਤਾ ਗਿਆ ਉਹਦੇ ਨਾਲ ਤੁਸੀਂ ਵੇਖੋ ਵੀ ਇੱਕ ਨਵੀਂ ਜ਼ਿੰਦਗੀ ਉਸ ਬੱਚੇ ਨੂੰ ਮਿਲੀ। ਰੱਬ ਜਾਣੇ ਕੀ ਸਮੱਸਿਆ ਹੋਏਗੀ ਹਨਾ, ਕਿਹੜੀ ਐਸੀ ਬਿਮਾਰੀ ਹੋਏਗੀ ਜਿਹਦੇ ਕਰਕੇ ਬੋਨ ਮੈਰੋ ਟ੍ਰਾਂਸਪਲਾਂਟ ਕਰਨਾ ਪਿਆ। ਪਰ ਇਹਦੇ ਲਈ ਵੀ ਨਾ ਬਹੁਤ ਸਾਰੇ ਟੈਸਟ ਹੁੰਦੇ ਨੇ ਜਿਹਦੇ ਵਿੱਚ ਵੇਖਿਆ ਜਾਂਦਾ ਵੀ ਕਿਹਦਾ ਬੋਨ ਮੈਰੋ ਜਿਹੜਾ ਹੈ ਉਹ ਹਨਾ ਵੀ ਠੀਕ ਬੈਠੇਗਾ। ਸੋ ਤੁਸੀਂ ਇਹ ਵੇਖੋ ਕਿ ਉਸ ਬੱਚੇ ਨੂੰ ਬੋਨ ਮੈਰੋ ਦੇਣ ਵਾਲੀ 26 ਵਰ੍ਹਿਆਂ ਦੀ ਇੱਕ ਬੀਬੀ ਹੈ, ਮਾਸਲ ਮਨੀ। ਅੱਛਾ, ਉਹਦਾ ਨਾਮ ਹੈ ਇਹ। ਔਰ ਇਹ ਜਿਹੜੀ ਬੀਬੀ ਹੈ ਇਹ ਭਾਰਤ ਦੀ ਪਹਿਲੀ ਇਹੋ ਜਿਹੀ ਔਰਤ ਬਣ ਗਈ ਹੈ ਜਿਹਨੇ ਕਿ ਕਿਸੇ ਬੰਦੇ ਨੂੰ ਜਾਂ ਕਹਿ ਲਓ ਕਿਸੇ ਬੱਚੇ ਨੂੰ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਬਿਨਾਂ ਉਹਦੇ ਨਾਲ ਕਿਸੇ ਰਿਸ਼ਤੇ ਤੋਂ। ਓ ਵਾਹ, ਉਹਨਾਂ ਦਾ ਆਪਸ ਇਹ ਰਿਸ਼ਤੇਦਾਰੀ ਚੋਂ ਹੀ ਹੁੰਦਾ ਹੈ ਕਿ ਤੁਹਾਡੇ? ਨਹੀਂ, ਮਤਲਬ ਆਮ ਤੌਰ ਤੇ ਜਿਹੜਾ ਕਹਿ ਲਓ ਬੰਦਾ ਜਾਣ ਪਛਾਣ ਦੇ ਵਿੱਚੋਂ ਰਿਸ਼ਤੇਦਾਰੀ ਦੇ ਵਿੱਚੋਂ ਹਨਾ ਇਦਾਂ ਹੋ ਜਾਂਦਾ, ਪਰ ਇਹ ਪਹਿਲੀ ਔਰਤ ਇਹੋ ਜਿਹੀ ਹੈ ਜਿਹਦਾ ਉਸ ਬੱਚੇ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ, ਪਰ ਇਹਨੇ ਆਪਣਾ ਬੋਨ ਮੈਰੋ ਉਸ ਬੱਚੇ ਨੂੰ ਦੇ ਕੇ ਤੇ ਉਹਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ। ਕੀ ਬਾਤ ਹੈ! ਔਰ ਇਹ ਜਿਹੜੀ ਔਰਤ ਹੈ, ਮੈਂ ਸੱਚੀ ਕੀ ਕਵਾਂ ਇਸ ਦੇਵੀ ਨੂੰ, ਕਿੱਥੇ ਦੀ ਗੱਲ ਹੈ ਜੀ ਇਹ? ਨਵੀਂ ਦਿੱਲੀ ਦੀ ਗੱਲ ਹੈ ਜੀ। ਇਹ ਦੇਵੀ ਮੈਂ ਇਸ ਲਈ ਕਹਿ ਰਹੀ ਹਾਂ ਇਸ ਔਰਤ ਨੂੰ ਕਿਉਂਕਿ ਜਦੋਂ ਬੰਦੇ ਦੇ ਆਪਣੇ ਘਰ ਦੇ ਵਿੱਚ ਦੁੱਖ ਹੋਵੇ ਨਾ, ਜਦੋਂ ਆਪਣਾ ਬੱਚਾ ਜਿਹੜਾ ਹੈ ਉਹਦਾ ਪੂਰਨ ਤੌਰ ਦੇ ਉੱਪਰ ਵਿਕਾਸ ਨਾ ਹੋ ਰਿਹਾ ਹੋਵੇ ਤਾਂ ਉਹਨੂੰ ਕੁਛ ਚੰਗਾ ਨਹੀਂ ਲੱਗਦਾ। ਤੇ ਇਹ ਜਿਹੜੀ ਬੀਬੀ ਹੈ, ਇਹ ਜਿਹੜੀ ਦੇਵੀ ਹੈ, ਇਹ ਤੁਸੀਂ ਵੇਖੋ 5 ਸਾਲ ਦੀ ਤੇ ਆਪਣੀ ਬੱਚੀ ਜੋ ਕਿ ਥੈਲਸੀਮੀਆ ਤੋਂ ਪੀੜਿਤ ਆ। ਓ ਅੱਛਾ, ਥੈਲਸੀਮੀਆ ਇੱਕ ਐਸੀ ਬਿਮਾਰੀ ਜਿਹਦੇ ਵਿੱਚ ਕਹਿ ਲਓ ਵੀ ਹੈਮੋਗਲੋਬਿਨ ਜਿਹੜਾ ਹੈ ਉਹ ਘੱਟ ਹੁੰਦਾ। ਅਸਲ ਦੇ ਵਿੱਚ ਜਿਹੜਾ ਸਾਡਾ ਹੈਮੋਗਲੋਬਿਨ ਆ ਉਹ ਆਕਸੀਜਨ ਨੂੰ ਸਾਡੇ ਬੋਡੀ ਦੇ ਵਿੱਚ ਵੱਖ ਵੱਖ ਜਿਹੜੇ ਆਰਗਨਸ ਨੇ ਉਹਨਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ। ਜੇ ਹੈਮੋਗਲੋਬਿਨ ਘੱਟ ਹੈ ਤੇ ਇਹਦਾ ਮਤਲਬ ਆਕਸੀਜਨ ਸਾਡੇ ਸਾਰੇ ਆਰਗਨਸ ਤੱਕ ਪੂਰਨ ਮਾਤਰਾ ਦੇ ਵਿੱਚ ਨਹੀਂ ਪਹੁੰਚ ਰਹੀ, ਔਰ ਜੇ ਉਹ ਨਹੀਂ ਪਹੁੰਚ ਰਹੀ ਤਾਂ ਇਹਦਾ ਮਤਲਬ ਸਾਡੇ ਸਾਰੇ ਆਰਗਨ ਜਿਹੜੇ ਨੇ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੇ ਹਨਾ। ਸੋ ਇਸ ਬੀਬੀ ਦੀ ਜਿਹੜੀ ਬੱਚੀ ਹੈ 5 ਵਰ੍ਹਿਆਂ ਦੀ ਉਹਨੂੰ ਥੈਲਸੀਮੀਆ ਦੀ ਸਮੱਸਿਆ ਹੈ, ਪਰ ਇਹਨੇ ਤਾਂ ਵੀ ਜਜ਼ਬਾ ਕਰਕੇ ਹਿੰਮਤ ਕਰਕੇ ਇਸ ਬੱਚੇ ਦੀ ਜਾਨ ਬਚਾਈ ਹੈ। ਕੀ ਬਾਤ ਹੈ! ਅਸਲ ਦੇ ਵਿੱਚ ਜਿਹੜੀ ਬੀਬੀ ਹੈ ਨਵੀਂ ਦਿੱਲੀ ਦੇ ਬੱਚੇ ਨੂੰ ਇਹਨੇ ਇਹ ਜਿਹੜਾ ਬੋਨ ਮੈਰੋ ਹੈ ਉਹ ਦਿੱਤਾ ਹੈ, ਦਾਨ ਕੀਤਾ ਹੈ, ਤੇ ਇਹ ਮਹਿਲਾ ਆਪ ਤਾਮਿਲਨਾਡੂ ਦੇ ਵਿੱਚ ਕਹਿੰਦੇ ਕੋਇੰਬਟੂਰ ਖੇਤਰ ਦੇ ਵਿੱਚ ਕੋਈ ਪਿੰਡ ਹੈ ਉੱਥੋਂ ਦੀ ਇਹ ਰਹਿਣ ਵਾਲੀ ਹੈ। ਅੱਛਾ ਜੀ।
ਔਰ ਤੁਸੀਂ ਵੇਖੋ ਕੁਦਰਤ ਦਾ ਕਰਿਸ਼ਮਾ ਹੀ ਕਹਿ ਲਓ ਇਹਨੂੰ, ਵੀ ਆ ਕਹਿ ਲਓ ਵੀ ਜਿਹਦੇ ਹੱਥੋਂ ਜਿਹੜੀ ਸੇਵਾ ਲੈਣੀ ਹੁੰਦੀ ਹੈ ਕੁਦਰਤ ਨੇ ਉਹ ਲੈ ਹੀ ਲੈਂਦੀ ਹੈ ਕਿ ਇਹ ਬੀਬੀ ਸਿਰਫ ਇੱਕ ਕੋਈ ਨਿੱਜੀ ਕੰਮ ਦੇ ਲਈ ਦਿੱਲੀ ਗਈ ਸੀ। ਅੱਛਾ, ਹਨਾ, ਇਹ ਨਿੱਜੀ ਕੰਮ ਦੇ ਲਈ ਨਵੀਂ ਦਿੱਲੀ ਗਈ ਤੇ ਉੱਥੇ ਇਹਨੂੰ ਇਹ ਮਤਲਬ ਆਲੇ ਦੁਆਲੇ ਇਧਰੋਂ ਉਧਰੋਂ ਇਸ ਗੱਲ ਦਾ ਪਤਾ ਲੱਗਿਆ ਵੀ ਕਿਸੇ ਬੱਚੇ ਨੂੰ ਬੋਨ ਮੈਰੋ ਦੀ ਜ਼ਰੂਰਤ ਹੈ ਤੇ ਇੱਥੇ ਉੱਥੇ ਇਹਨੇ ਹਾਮੀ ਭਰੀ ਵੀ ਮੈਂ ਦਾਨ ਕਰੂੰਗੀ, ਹਨਾ, ਕਿਉਂਕਿ 26 ਸਾਲਾਂ ਦੀ ਉਮਰ ਕਿੰਨੀ ਕੁ ਵੱਡੀ ਹੁੰਦੀ ਹੈ ਕਿਤੇ, ਹਨਾ, ਬੰਦਾ ਤੰਦਰੁਸਤ ਹੁੰਦਾ। ਸੋ ਇਹਨਾਂ ਨੇ ਡਾਕਟਰਾਂ ਦੇ ਨਾਲ ਜਾ ਕੇ ਉੱਥੇ ਮਿਲੇ ਜਿਹੜੇ ਬੱਚੇ ਨੂੰ ਚਾਹੀਦਾ ਸੀ ਉਸ ਹਸਪਤਾਲ ਦੇ ਵਿੱਚ ਪਹੁੰਚੇ, ਉੱਥੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ, ਉਹਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤੇ ਡਾਕਟਰਸ ਨੇ ਜੋ ਵੀ ਕਹਿ ਲਓ ਵੀ ਸੀਗਾ ਪ੍ਰੋਸੀਜਰ, ਜੋ ਵੀ ਕਹਿੰਦੇ ਹੁੰਦੇ ਨਾ ਪਹਿਲਾਂ ਪ੍ਰਕਿਰਿਆ ਜਿਹੜੀ ਸੀਗੀ ਉਹਦੇ ਸਾਰਾ ਉਹ ਕੰਮ ਕੀਤਾ, ਸਾਰਾ ਕੁਛ ਦੇਖਿਆ, ਚੈੱਕਅਪ ਕੀਤਾ ਤੇ ਉਹਨਾਂ ਨੇ ਕਿਹਾ ਵੀ ਹਾਂਜੀ ਤੁਸੀਂ ਫਿੱਟ ਹੋ, ਤੁਸੀਂ ਬੋਨ ਮੈਰੋ ਦਾਨ ਕਰ ਸਕਦੇ ਹੋ, ਹਨਾ। ਪਰ ਉਸ ਤੋਂ ਬਾਅਦ ਚ ਲੋਕ ਨਹੀਂ ਟਿਕਣ ਦਿੰਦੇ ਕਿਉਂਕਿ ਆਪ ਕਿਸੇ ਨੇ ਕੁਛ ਕਰਨਾ ਨਹੀਂ ਹੁੰਦਾ, ਜੇ ਕੋਈ ਕਰੇ ਤਾਂ ਸਾਡੇ ਤੋਂ ਪੱਛਦਾ ਨਹੀਂ ਹੁੰਦਾ, ਕਰਨ ਨਹੀਂ ਦੇਣਾ ਹੁੰਦਾ ਨਾ। ਸੋ ਲੋਕਾਂ ਨੇ ਬਹੁਤ ਵਹਿਮ ਪਾਇਆ ਵੀ ਤੂੰ ਤਾਂ ਮਰ ਜਾਏਂਗੀ, ਤੇਰੀ ਤਾਂ ਜਾਨ ਨੂੰ ਖਤਰਾ ਹੈ, ਤੇਰੀ ਤਾਂ ਜ਼ਿੰਦਗੀ ਨਹੀਂ ਕੱਖ ਰਹਿਣੀ, ਤੈਨੂੰ ਕੀ ਲੋੜ ਹੈ, ਤੇਰਾ ਕੀ ਰਿਸ਼ਤਾ ਲੱਗਦਾ ਉਹਦੇ ਨਾਲ, ਦਫਾ ਮਾਰ, ਇੱਦਾਂ ਦੇ ਕਈ ਲੋਕ ਨੇ, ਹਨਾ। ਸੋ ਇੱਦਾਂ ਦੀਆਂ ਗੱਲਾਂ ਨਹੀਂ ਆਮ ਤੌਰ ਤੇ ਆਪਣੇ ਕੰਨੀ ਪੈਂਦੀਆਂ। ਇੱਕ ਜਿਹੜੀ ਮਾਂ ਹੈ ਨਾ ਉਹ ਇਹ ਸੋਚ ਲੈਂਦੀ ਹੈ, ਜਿਵੇਂ ਮੇਰੀ ਮੰਮਾ ਹਮੇਸ਼ਾ ਇਹ ਕਹਿੰਦੇ ਹੁੰਦੇ ਆ ਵੀ ਮੈਨੂੰ ਸਾਰੇ ਬੱਚੇ ਆਪਣੇ ਹੀ ਲੱਗਦੇ ਆ ਤੇ ਮੈਂ ਸਾਰਿਆਂ ਦਾ ਹੀ ਭਲਾ ਕਰਨਾ ਚਾਹੁੰਦੀ ਹੁੰਦੀ, ਮੈਂ ਸਾਰਿਆਂ ਨੂੰ ਪਿਆਰ ਦੇਣਾ ਚਾਹੁੰਦੀ ਹੁੰਦੀ ਹਾਂ ਤਾਂ ਕਿ ਉਹਨਾਂ ਦੇ ਪੈਰਾਂ ਪਿੱਛੇ ਕੋਈ ਮੇਰੀ ਬੱਚੀ ਨੂੰ ਵੀ ਪਿਆਰ ਦੇਵੇਗਾ। ਸੋ ਕਿਤੇ ਨਾ ਕਿਤੇ ਇਸ ਮਾਂ ਦੇ ਦਿਲ ਦੇ ਵਿੱਚ ਵੀ ਹੋਵੇਗਾ ਵੀ ਜੇ ਮੈਂ ਕਿਸੇ ਦੀ ਮਦਦ ਕਰਾਂਗਾ ਤਾਂ ਹੋ ਸਕਦਾ ਮੇਰੀ ਆਪਣੀ ਬੱਚੀ ਵੀ ਠੀਕ ਹੋਣਾ ਸ਼ੁਰੂ ਹੋ ਜਾਵੇ, ਉਹਦੀ ਹੈਲਪ ਲਈ ਵੀ ਕੋਈ ਅੱਗੇ ਆਵੇ। ਸੋ ਕਹਿੰਦੇ ਵੀ ਲੋਕਾਂ ਨੇ ਬਹੁਤ ਕੁਝ ਕਿਹਾ ਪਰ ਉਹ ਹਟੀ ਨਹੀਂ, ਉਹ ਆਪਣੇ ਫੈਸਲੇ ਤੇ ਡਟੀ ਰਹੀ। ਔਰ ਹੁਣ ਇਹਨਾਂ ਨੂੰ ਇਹ ਲੱਗਦਾ ਕਹਿੰਦੇ ਕਿ ਮੈਂ ਬੋਨ ਮੈਰੋ ਜਦੋਂ ਦਾਨ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਸਮਾਜ ਦੇ ਵਿੱਚ ਜਿੰਨੀਆਂ ਮਾੜੀਆਂ ਚੀਜ਼ਾਂ ਨੇ ਜਾਂ ਜਿਹੜੀਆਂ ਮਾੜੀਆਂ ਧਾਰਨਾਵਾਂ ਨੇ ਉਹਨਾਂ ਨੂੰ ਕੁਝ ਹੱਦ ਤੱਕ ਕਹਿ ਲਓ ਵੀ ਤੋੜਨ ਦੇ ਵਿੱਚ ਮੈਂ ਕਾਮਯਾਬ ਰਹੀ ਹਾਂ, ਹਨਾ, ਵੀ ਲੋਕੀ ਜੋ ਮਰਜ਼ੀ ਕਹਿੰਦੇ ਰਹਿਣ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਔਰ ਕਹਿੰਦੇ ਇਸ ਵੇਲੇ ਮੈਨੂੰ ਇਹ ਲੱਗ ਰਿਹਾ ਵੀ ਜਿਵੇਂ ਮੈਂ ਉਸ ਬੱਚੇ ਦੀ ਵੀ ਮਾਂ, ਵੀ ਇੱਕ ਧੀ ਮੇਰੇ ਘਰੇ ਹੈ ਤੇ ਇੱਕ ਜਿਹਨੇ ਮੈਂ ਬੋਨ ਮੈਰੋ ਦਿੱਤਾ ਇਹ ਵੀ ਮੇਰਾ ਆਪਣਾ ਪੁੱਤ ਹੈ, ਹਨਾ। ਉਹ ਇੱਕ ਅਟੈਚਮੈਂਟ ਹੋ ਜਾਂਦੀ ਨਾ ਵੀ ਸਰੀਰ ਦਾ ਅੰਗ ਅੰਗ ਇੱਕ ਬਦਲਣਾ, ਹਨਾ, ਇੱਕ ਦੂਜੇ ਦੇ ਨਾਲ ਤਾਂ ਕਿੰਨਾ ਅਟੈਚਮੈਂਟ ਹੋ ਜਾਂਦਾ ਜੀ। ਉਹ ਕਹਿੰਦੇ ਮੈਨੂੰ ਇਹ ਲੱਗਦਾ ਵੀ ਇਹ ਮੇਰਾ ਹੀ ਪੁੱਤ ਹੈ ਹੁਣ, ਵੀ ਮੇਰਾ ਇੱਕ ਹੋਰ ਬੱਚਾ ਹੋ ਗਿਆ ਤੇ ਕਹਿੰਦੇ ਮੈਂ ਇਹ ਦੁਆ ਕਰਦੀ ਹਾਂ ਰੱਬ ਅੱਗੇ ਵੀ ਉਹ ਇੱਕ ਬਹੁਤ ਤੰਦਰੁਸਤ ਜ਼ਿੰਦਗੀ ਬਤੀਤ ਕਰੇ ਔਰ ਬਿਲਕੁਲ ਤੰਦਰੁਸਤ ਰਹੇ, ਹਨਾ। ਕਹਿੰਦੇ ਕਿ ਮੈਂ ਹਾਲਾਂਕਿ ਮੈਂ ਜਿਸ ਜਗ੍ਹਾ ਨੂੰ ਬਿਲੋਂਗ ਕਰਦੀ ਜਿਹੜੇ ਪਿੰਡ ਤੋਂ ਮੈਂ ਹੈਗੀ ਹਾਂ ਉਹ ਇੱਕ ਪਿਛੜਿਆ ਹੋਇਆ ਖਿੱਤਾ ਹੈ, ਉਹ ਪਿੰਡ ਬੜਾ ਬੈਕਵਰਡ ਸੋਚ ਵਾਲਾ, ਪੁਰਾਣੇ ਸੋਚ ਵਿਚਾਰਾਂ ਵਾਲਾ। ਸੋ ਲੋਕਾਂ ਨੇ ਮੈਨੂੰ ਬਹੁਤ ਕੁਝ ਕਿਹਾ, ਬਹੁਤ ਸਾਰੀਆਂ ਸਮਾਜ ਦੀਆਂ ਜਿਹੜੀਆਂ ਕਹਿ ਲਓ ਵੀ ਚੁਣੌਤੀਆਂ ਸੀ ਜੋ ਸਮਾਜਿਕ ਗੱਲਾਂ ਹੁੰਦੀਆਂ ਨੇ, ਹਨਾ, ਉਹ ਸਾਰਾ ਕੁਝ ਸਾਹਮਣੇ ਮੇਰੇ ਆਉਂਦਾ ਰਿਹਾ ਪਰ ਮੈਂ ਕਿਹਾ ਵੀ ਨਹੀਂ, ਮੈਂ ਜਿਹੜਾ ਫੈਸਲਾ ਲੈ ਲਿਆ ਉਹ ਲੈ ਲਿਆ ਵੀ ਮੈਂ ਉਸ ਬੱਚੇ ਦੀ ਜ਼ਿੰਦਗੀ ਬਚਾਉਣੀ ਹੈ ਚਾਹੇ ਜੋ ਮਰਜ਼ੀ ਹੋ ਜਾਵੇ, ਹਨਾ। ਸੋ ਕਹਿੰਦੇ ਇਸ ਲਈ ਮੈਂ ਉਹ ਕੰਮ ਕਰਕੇ ਦਿਖਾਇਆ, ਮੈਂ ਲੋਕਾਂ ਦੀ ਇੱਕ ਨਹੀਂ ਸੁਣੀ, ਮੈਂ ਡਾਕਟਰਸ ਨੇ ਜੋ ਮੈਨੂੰ ਸਲਾਹ ਦਿੱਤੀ, ਜੋ ਡਾਕਟਰਾਂ ਨੇ ਮੈਨੂੰ ਕਿਹਾ ਵੀ ਤੈਨੂੰ ਕੁਛ ਨਹੀਂ ਹੁੰਦਾ, ਤੈਨੂੰ ਇਹ ਕਰਨਾ ਚਾਹੀਦਾ, ਇਹਦੇ ਨਾਲ ਤੇਰੇ ਸਰੀਰ ਦੇ ਵਿੱਚ ਆਹਾ ਚੇਂਜਿਸ ਆ ਸਕਦੇ ਨੇ, ਇਹਦੇ ਨਾਲ ਆਹ ਹੋ ਸਕਦਾ ਉਹ ਹੋ ਸਕਦਾ, ਮੈਂ ਸਾਰਾ ਕੁਝ ਡਾਕਟਰਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਜਾਣਕਾਰੀ ਹਾਸਲ ਕੀਤੀ ਤੇ ਉਸ ਤੋਂ ਬਾਅਦ ਫੈਸਲਾ ਲਿਆ ਵੀ ਨਹੀਂ ਮੈਂ ਇਹ ਕਰਾਂਗੀ। ਦੇਖੋ ਇਸ ਦੇ ਲਈ ਬਹੁਤ ਹੌਸਲੇ ਦੀ ਲੋੜ ਹੈ, ਬੜੀ ਨਿਡਰਤਾ ਦੀ ਲੋੜ ਹੈ, ਕਿਉਂਕਿ ਜੇ ਵਾਕਈ ਜੇ ਉਹ ਅੰਧ ਵਿਸ਼ਵਾਸ ਬੰਦੇ ਨੂੰ ਇਹ ਮਾਇੰਡ ਦੇ ਵਿੱਚ ਹੁੰਦਾ ਵੀ ਕਿਤੇ ਐਂ ਹੋ ਗਿਆ ਤਾਂ ਫਿਰ ਕੀ ਹੋਊਗਾ ਨਾ, ਸੋ ਹੌਸਲਾ ਆਪਣੇ ਅੰਦਰ ਬਣਾਉਣਾ ਚਾਹੀਦਾ। ਇੱਥੇ ਤਾਂ ਚਲੋ ਲੋੜ ਸੀਗੀ ਤਾਂ ਉਹਨੇ ਦੇ ਦਿੱਤਾ, ਮੈਨੂੰ ਲੱਗਦਾ ਵੀ ਸਾਨੂੰ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਵੈਸੇ ਵੀ ਆਪਣੇ ਜਿਹੜੇ ਅੰਗ ਆ ਉਹ ਪਹਿਲਾਂ ਤੋਂ ਦਾਨ ਕਰਕੇ ਜਾਣੇ ਚਾਹੀਦੇ ਆ ਤਾਂ ਕਿ ਉਹ ਕਿਸੇ ਦੂਸਰੇ ਦੇ ਕੰਮ ਆ ਸਕਣ। ਅਸੀਂ ਕਹਿ ਦਿੰਦੇ ਹਾਂ ਖੂਨ ਦਾਨ ਮਹਾਂਦਾਨ, ਅੱਖਾਂ ਦਾ ਦਾਨ, ਕੋਈ ਤੁਹਾਡੀਆਂ ਅੱਖਾਂ ਦੇ ਨਾਲ ਜਹਾਨ ਦੇਖ ਸਕਦਾ ਹੈ। ਮੈਨੂੰ ਯਾਦ ਹੈ ਆਪਣੇ ਸਾਡੇ ਦੋਸਤਾਂ ਦੇ ਵਿੱਚ ਨਾ ਕਿਸੇ ਦਾ ਬੱਚਾ ਸੀਗਾ, ਉਹ ਕੁਝ ਕੁ ਮਹੀਨਿਆਂ ਦਾ ਮਹਿਮਾਨ ਸੀਗਾ, ਉਹਨੂੰ ਇਸ ਤਰ੍ਹਾਂ ਦੀ ਬਿਮਾਰੀ ਸੀਗੀ ਕਿ ਉਹਨੇ ਬਹੁਤ ਜਲਦੀ ਮੌਤ ਹੋ ਜਾਣੀ ਸੀਗੀ, ਤਾਂ ਉਸ ਉਹਨਾਂ ਦੇ ਪੇਰੈਂਟਸ ਨੇ ਉਸ ਬੱਚੇ ਦੇ ਪੇਰੈਂਟਸ ਨੇ ਉਹਦੀਆਂ ਅੱਖਾਂ ਪਹਿਲਾਂ ਹੀ ਦਾਨ ਕਰ ਦਿੱਤੀਆਂ ਕਿ ਜਦੋਂ ਇਹ ਜਾਏਗਾ ਇਸ ਦੁਨੀਆਂ ਤੋਂ ਤੇ ਅਸੀਂ ਉਹਦੀਆਂ ਅੱਖਾਂ ਵੇਖ ਸਕਦੇ ਹਾਂ ਕਿ
ਕਿਸੇ ਹੋਰ ਦੇ ਬੱਚੇ ਦੇ ਵਿੱਚ ਜਾਂ ਕਿਸੇ ਹੋਰ ਬੰਦੇ ਦੇ ਵਿੱਚ। ਸੋ ਉਹਨਾਂ ਨੇ ਪਹਿਲਾਂ ਹੀ ਅੱਖਾਂ ਦਾਨ ਕਰ ਦਿੱਤੀਆਂ। ਸੋ ਮੈਨੂੰ ਲੱਗਦਾ ਕਿ ਸਾਨੂੰ ਇਹ ਦਾਨ ਕਰਨੇ ਚਾਹੀਦੇ ਨੇ, ਜ਼ਰੂਰ ਕਰਨੇ ਚਾਹੀਦੇ ਨੇ, ਕਿਉਂਕਿ ਤੁਹਾਡੇ ਦੇਖੋ ਇਹ ਤਾਂ ਸਾਫ ਜਿਹੀ ਗੱਲ ਹੈ, ਜਦੋਂ ਇਨਸਾਨ ਇਸ ਦੁਨੀਆ ਤੋਂ ਜਾਂਦਾ ਕੁਛ ਨਹੀਂ ਨਾਲ ਲੈ ਕੇ ਜਾਂਦਾ, ਇਹ ਅੰਗ ਵੀ ਨਹੀਂ ਨਾਲ ਜਾਣੇ ਹੈਗੇ, ਸਿਰਫ ਕਹਿ ਲਓ ਵੀ ਖਤਮ ਹੋ ਜਾਣੇ ਨੇ, ਹੈ ਨਾ। ਸੋ ਇਹ ਜ਼ਰੂਰ ਅੰਗ ਦਾਨ ਕਰਨੇ ਚਾਹੀਦੇ ਨੇ। ਔਰ ਤੁਸੀਂ ਇਹ ਵੇਖੋ ਕਿ ਇਹ ਮੈਂ ਵੈਸੇ ਬੋਨ ਮੈਰੋ ਦੇ ਬਾਰੇ ਤੁਹਾਨੂੰ ਦੱਸਦਾ ਵੀ ਕਿਤੇ ਨਾ ਕਿਤੇ ਸਮੱਸਿਆ ਤਾਂ ਦਾਨ ਕਰਨ ਤੋਂ ਬਾਅਦ 'ਚ ਹੁੰਦੀ ਹੈ। ਜੀ 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 ਜੀ, ਹੈ ਨਾ, ਤੁਹਾਡੇ ਹੋ ਸਕਦਾ ਵੀ ਤੁਹਾਨੂੰ ਬੈਕ ਪੇਨ ਸ਼ੁਰੂ ਹੋ ਜਾਵੇ, ਹਿਪ ਪੇਨ ਸ਼ੁਰੂ ਹੋ ਜਾਵੇ, ਲੋਅਰ ਬੈਕ ਪੇਨ ਹੋਵੇ, ਹੈ ਨਾ। ਸੋ ਸਮੱਸਿਆ ਹੁੰਦੀ ਹੈ ਹਰੇਕ, ਦੇਖੋ ਹਰੇਕ ਕੰਮ ਦੇ ਕੁਝ ਕੁ ਫਾਇਦੇ ਹੁੰਦੇ ਨੇ, ਕੁਝ ਕੁ ਨੁਕਸਾਨ ਹੁੰਦੇ ਨੇ, ਦੋਵੇਂ ਚੀਜ਼ਾਂ ਨਾਲ ਲੈ ਕੇ ਤੁਰਨੀਆਂ ਪੈਂਦੀਆਂ ਨੇ। ਇਹ ਨਹੀਂ ਹੈ ਕਿ ਉਸ ਬੀਬੀ ਨੂੰ ਕੋਈ ਵੀ ਸਮੱਸਿਆ ਨਹੀਂ ਆਏਗੀ, ਹੈ ਨਾ, ਜਾਂ ਨਹੀਂ ਆਈ ਹੋਏਗੀ। ਅੱਗੇ ਚੱਲ ਕੇ ਹੋ ਸਕਦਾ ਰੱਬ ਨਾ ਕਰੇ ਵੀ ਉਹਨਾਂ ਨੂੰ ਕੋਈ ਨਾ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਏ, ਪਰ ਇੱਕ ਫੈਸਲਾ ਲੈਣਾ ਉਹ ਵੀ ਕਿਸੇ ਦੇ ਲਈ, ਉਹਦੇ ਲਈ ਵੀ ਜਿਹਦੇ ਨਾਲ ਤੁਹਾਡਾ ਕੋਈ ਰਿਸ਼ਤਾ ਹੀ ਹੈ ਨਹੀਂ, ਤੁਸੀਂ ਜਾਣਦੇ ਨਹੀਂ, ਕਦੀ ਨਾ ਹੀ ਨਹੀਂ ਸੁਣਿਆ, ਕਦੀ ਵੇਖਿਆ ਹੀ ਨਹੀਂ, ਹੈ ਨਾ। ਅੱਜ ਦੇ ਸਮੇਂ 'ਚ ਅਸੀਂ ਲੋਕ ਇੰਨੇ ਕੁ ਜ਼ਿਆਦਾ ਕਹਿ ਲਓ ਵੀ ਲਾਲਚੀ ਹੋ ਚੁੱਕੇ ਹਾਂ ਵੀ ਅਸੀਂ ਤਾਂ ਆਪਣੇ ਸਕਿਆਂ ਦੇ ਲਈ ਕੁਛ ਕਰਕੇ ਰਹੇ ਹਾਂ। ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹਾ ਦਾਨ, ਇਹੋ ਜਿਹੀ ਉਦਾਹਰਣ ਮਿਲਣਾ ਵੀ ਬੜੀ ਮੁਸ਼ਕਲ ਆ। ਔਰ ਇਹ ਬੀਬੀ ਨੂੰ ਸਲਾਮ ਹੈ ਜੀ ਸਾਡਾ, ਵਾਕਈ ਇਹੋ ਜਿਹੀ ਔਰਤ ਦੇ ਅੱਗੇ ਸੱਚੀ ਸਿਰ ਝੁਕਦਾ। ਔਰ ਇਹੋ ਜਿਹੀਆਂ ਔਰਤਾਂ ਵਾਕਈ ਦੇਵੀ ਸਮਾਨ ਨੇ, ਜਿਹੜੀਆਂ ਕਿ ਬਿਨਾਂ ਕਿਸੇ ਸਵਾਰਥ ਤੋਂ, ਬਿਨਾਂ ਕਿਸੇ ਕਹਿ ਲਓ, ਹੈ ਨਾ, ਬਿਲਕੁਲ ਵੀ ਡਰ ਤੋਂ, ਬਿਨਾਂ ਕਿਸੇ ਝਿਜਕ ਤੋਂ ਹਮੇਸ਼ਾ ਡਟ ਕੇ ਖੜਦੀਆਂ ਨੇ। ਔਰ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਬੀਬੀਆਂ ਤੋਂ ਬਹੁਤ ਕੁਛ ਸਿੱਖਣ ਦੀ ਲੋੜ ਹੈ, ਕਿਉਂਕਿ ਜੇ ਇੱਦਾਂ ਦੀਆਂ ਬੀਬੀਆਂ ਨੂੰ ਅਸੀਂ ਵੇਖਦੇ ਰਹਾਂਗੇ, ਉਹਨਾਂ ਬਾਰੇ ਸੁਣਦੇ ਰਹਾਂਗੇ, ਉਹਨਾਂ ਤੋਂ ਕੁਛ ਸਿੱਖਾਂਗੇ, ਤਾਂ ਹੀ ਸਾਡੇ ਹੌਸਲੇ ਵੀ ਬੁਲੰਦ ਹੋਣਗੇ ਤੇ ਅਸੀਂ ਨਿਡਰ ਹੋ ਕੇ ਇਸ ਸਮਾਨ ਦਾ ਇਸ ਸਮਾਜ ਦਾ ਸਾਹਮਣਾ ਕਰ ਸਕਾਂਗੇ, ਹੈ ਨਾ। ਸੋ ਬਾਕੀ ਫਿਲਹਾਲ ਦੇ ਲਈ ਹੁਣ ਪ੍ਰੋਗਰਾਮ ਨੂੰ ਸਮੇਟਣਾ ਪਏਗਾ, ਸਾਡੇ ਜਾਣ ਦਾ ਵੇਲਾ ਹੋ ਗਿਆ। ਪ੍ਰਤੀਕਿਰਿਆ ਆਪਣੀ ਸਾਡੇ ਤੇ ਜ਼ਰੂਰ ਪਹੁੰਚਾਇਓ। ਦੋਵੇਂ ਜਣੀਆਂ ਚੱਲਦੀਆਂ, ਕੱਲ੍ਹ ਨੂੰ ਤੁਹਾਡੇ ਨਾਲ ਦੁਬਾਰਾ ਤੋਂ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।